ਗੁਰੂ ਰੂਪ ਖਾਲਸਾ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਕਿ ਅੱਜ ਸੰਗਤਾਂ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਾ। ਸੰਤਾਂ ਦੀ ਦੇਣ 20ਵੀਂ ਸਦੀ 'ਚ ਬੜੀ ਅਦੁੱਤੀ ਹੈ, ਬੜੀ ਮਹਾਨ ਹੈ। ਪਰ ਸੰਤਾਂ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਉਸ ਵੇਲੇ ਦੇ ਹਾਲਾਤ ਸੀ, 78 ਤੋਂ ਪਹਿਲਾਂ ਦੇ ਸਿੱਖਾਂ ਦੇ ਹਾਲਾਤ, ਉਹਨਾਂ 'ਤੇ ਥੋੜ੍ਹੀ ਜਿਹੀ ਵਿਚਾਰ ਕਰਨ ਦੀ ਆਗਿਆ ਚਾਹੂੰਗਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, 1849 'ਚ ਅੰਗਰੇਜ਼ਾਂ ਨੇ ਸਿੱਖ ਰਾਜ 'ਤੇ ਕਬਜ਼ਾ ਕੀਤਾ। ਸਿੱਖ ਰਾਜ ਨੂੰ ਬਹੁਤ ਸਾਰੇ ਲੋਕ ਪੰਜਾਬੀਆਂ ਦਾ ਸਾਂਝਾ ਰਾਜ ਕਹਿੰਦੇ ਆ। ਸਿੱਖ ਰਾਜ ਪੰਜਾਬੀਆਂ ਦਾ ਸਾਂਝਾ ਰਾਜ ਇਸ ਲਈ ਸੀ ਕਿਉਂਕਿ ਰਾਜ ਕਰਨ ਵਾਲੀ ਧਿਰ ਸਹੀ ਅਰਥਾਂ 'ਚ ਧਰਮ ਨਿਰਪੱਖ ਸੀ। ਰਾਜ ਕਰਨ ਵਾਲੀ ਧਿਰ ਨੇ ਨਾ ਕਿਸੇ ਗੈਰ ਸਿੱਖ ਦਾ ਕੋਈ ਕਤਲੋਗਾਰਤ ਕਰਵਾਈ, ਨਾ ਕੋਈ ਨਸਲਕੁਸ਼ੀ ਕਰਵਾਈ, ਨਾ ਹੀ ਉਹਨਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਹੋਇਆ। ਸਕੂਲਾਂ ਨੂੰ, ਧਾਰਮਿਕ ਅਸਥਾਨਾਂ ਨੂੰ ਜਿਹੜੀਆਂ ਸਰਕਾਰੀ ਗ੍ਰਾਂਟਾਂ, ਉਹ ਬਿਨਾਂ ਕਿਸੇ ਭਿੰਨ ਭਾਵ ਤੋਂ ਉਹ ਵੰਡੀਆਂ ਜਾਂਦੀਆਂ ਸੀ। ਪਰ ਜਦੋਂ ਸਿੱਖ ਰਾਜ ਖਤਮ ਹੋਇਆ, ਸਿੱਖ ਰਾਜ ਦੇ ਵਿੱਚ ਉੱਚੇ ਅਹੁਦਿਆਂ 'ਤੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਕੰਮ ਕਰਦੇ ਸੀ। ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਮੁਸਲਮਾਨ ਨੇ ਅੰਗਰੇਜ਼ਾਂ ਦੇ ਨਾਲ ਰਲ ਕੇ ਸਿੱਖ ਰਾਜ ਦਾ ਨੁਕਸਾਨ ਨਹੀਂ ਕਰਾਇਆ ਅਤੇ ਇੱਕ ਵੀ ਹਿੰਦੂ ਅਫਸਰ ਸਿੱਖ ਰਾਜ ਲਈ ਵਫ਼ਾਦਾਰ ਨਹੀਂ ਰਿਹਾ। ਪਰ ਮੁਸਲਮਾਨ ਕਮਿਊਨਿਟੀ ਨੇ ਸਿੱਖ ਰਾਜ ਖਤਮ ਹੋਣ 'ਤੇ ਇਹ ਫੈਸਲਾ ਕੀਤਾ ਕਿ ਹੁਣ ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਸੋ ਜਦੋਂ ਤੱਕ ਰਾਜ ਸਲਾਮਤ ਸੀ, ਉਦੋਂ ਤੱਕ ਉਹ ਪੰਜਾਬੀਆਂ ਦਾ ਰਾਜ ਸੀ। ਜਦੋਂ ਹਾਰ ਹੋਈ, ਉਦੋਂ ਸਿੱਖਾਂ ਦੀ ਹਾਰ ਹੋਈ। ਉਸ ਤੋਂ ਬਾਅਦ ਜਿਹੜੀ ਕਮਿਊਨਲ ਕਨਫਲਿਕਟ ਬਹੁਤ ਜ਼ਿਆਦਾ ਵੱਧ ਗਏ। 1947 ਤੱਕ ਦਾ ਇਤਿਹਾਸ ਅਸੀਂ ਸਾਰੇ ਜਾਣਦੇ ਹਾਂ। 1947 ਦੇ ਵਿੱਚ ਦੋ ਮੁਲਕ ਬਣੇ, ਹਿੰਦੂਆਂ ਲਈ ਹਿੰਦੁਸਤਾਨ, ਮੁਸਲਮਾਨਾਂ ਲਈ ਪਾਕਿਸਤਾਨ। ਸਿੱਖ ਹੀ ਇੱਕ ਕੌਮ ਸੀ ਜਿਹੜੀ ਬੇਘਰ ਹੋਈ। 47 ਦੀ ਵੰਡ 'ਚ ਜਿਹੜੀ ਹਿੰਸਾ ਹੋਈ, ਉਹ ਬਹੁਤ ਦਰਦਨਾਕ ਅਤੇ ਮੰਦਭਾਗੀ ਸੀ। ਔਰ ਸਿੱਖਾਂ ਨੇ ਵੀ ਹਿੱਸਾ ਲਿਆ, ਨਹੀਂ ਲੈਣਾ ਚਾਹੀਦਾ ਸੀ। ਪਰ ਹਿੰਸਾ ਦਾ ਅਸਰ ਤਿੰਨਾਂ ਕੌਮਾਂ 'ਤੇ ਹੋਇਆ, ਬੇਘਰ ਸਿਰਫ ਇੱਕ ਕੌਮ ਹੋਈ, ਸਿੱਖ। ਸੋ 1947 ਤੋਂ ਸਿੱਖਾਂ ਨੇ ਜਿਹੜੇ ਹਿੰਦੁਸਤਾਨ ਦੇ ਆਗੂਆਂ ਨੇ, ਖਾਸ ਤੌਰ 'ਤੇ ਗਾਂਧੀ ਅਤੇ ਨਹਿਰੂ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਹਿੰਦੁਸਤਾਨ ਦਾ ਸੰਵਿਧਾਨ ਸਿੱਖਾਂ ਦੀ ਸਹਿਮਤੀ ਬਗੈਰ ਪ੍ਰਵਾਨ ਨਹੀਂ ਕੀਤਾ ਜਾਊਗਾ, ਲਾਗੂ ਨਹੀਂ ਕੀਤਾ ਜਾਊਗਾ। ਜਦੋਂ ਉਹਨਾਂ ਨੇ ਉਹ ਵਾਅਦੇ ਨਾ ਨਿਭਾਏ, ਸਿੱਖਾਂ ਦਾ ਸੰਘਰਸ਼ ਸ਼ੁਰੂ ਹੋਇਆ। ਪੰਜਾਬੀ ਸੂਬੇ ਲਈ ਸੰਘਰਸ਼ ਚੱਲਿਆ 1966 ਤੱਕ, ਪੰਜਾਬੀ ਸੂਬੇ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਮਤਾ। ਸੋ ਕਹਿਣ ਤੋਂ ਭਾਵ ਕੀ ਹੈ ਵੀ 1947 ਤੋਂ ਲੈ ਕੇ 78 ਤੱਕ ਸਿੱਖ ਹਿੰਦੁਸਤਾਨ ਦੇ ਜਮਹੂਰੀ ਅਮਲ ਨੂੰ ਮਾਨਤਾ ਦਿੰਦਿਆਂ ਉਹਦੇ ਅੰਦਰ ਰਹਿ ਕੇ ਜਮਹੂਰੀ ਤੌਰ 'ਤੇ ਸੰਘਰਸ਼ ਕਰ ਰਹੇ ਆ ਅਤੇ ਹਿੰਦੁਸਤਾਨ ਦੇ ਅੰਦਰ ਵੱਧ ਅਧਿਕਾਰਾਂ ਦੀ ਮੰਗ ਕੀਤੀ, ਹਿੰਦੁਸਤਾਨ ਤੋਂ ਵੱਖ ਹੋਣ ਦੀ ਗੱਲ ਨਹੀਂ ਕੀਤੀ। 1947 ਤੋਂ ਪਹਿਲਾਂ ਮੰਗ ਉੱਠੀ, ਪਰ 47 ਤੋਂ ਬਾਅਦ ਇੱਕਾ ਦੁੱਕਾ ਵਾਰ ਜਿਹੜਾ ਖਾਲਿਸਤਾਨ ਸ਼ਬਦ ਆਇਆ, 1949 ਦੀਆਂ ਰਿਪੋਰਟਾਂ ਵੀ ਮਿਲਦੀਆਂ। ਪਰ ਸਿੱਖਾਂ ਦੀ ਮੁੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਗਰਾਮ ਸੀ ਜਿਹੜਾ, ਉਹ ਹਿੰਦੂ ਆਗੂਆਂ ਨੂੰ ਇਹੀ ਯਾਦ ਕਰਵਾਉਣਾ ਸੀ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਖੁਦਮੁਖਤਿਆਰੀ ਦੇ, ਉਹ ਨਿਭਾਏ ਜਾਣ। ਸੋ 1947 ਤੋਂ 1978 ਤੱਕ ਜਿਹੜੇ ਜਮਹੂਰੀ ਸੰਘਰਸ਼ ਚੱਲੇ, ਜਿਹੜੇ ਮੋਰਚੇ ਲੱਗੇ, ਉਹਨਾਂ ਦਾ ਇੱਕ ਲੰਮਾ ਇਤਿਹਾਸ ਹੈ। ਉਹ ਲੰਮੇ ਇਤਿਹਾਸ 'ਚ ਨਾ ਸਿਰਫ
ਦਰਬਾਰ ਸਾਹਿਬ ਦੇ ਵਿੱਚ ਨਹਿਰੂ ਵੱਲੋਂ ਪੁਲਿਸ ਭੇਜੀ ਗਈ 1955 'ਚ, ਨਾ ਸਿਰਫ 57,000 ਸਿੱਖਾਂ ਨੂੰ ਗ੍ਰਿਫਤਾਰੀਆਂ ਦੇਣੀਆਂ ਪਈਆਂ, ਉਹਦੇ 'ਚ ਮੁੱਖ ਇਹ ਹੋਇਆ ਕਿ ਹਿੰਦੁਸਤਾਨ ਦੇ ਜਮਹੂਰੀ ਅਮਲ ਦੇ ਵਿੱਚ ਸਿੱਖ ਜਿੰਨਾ ਚਾਹੁਣ ਸੰਘਰਸ਼ ਕਰ ਸਕਦੇ ਆ, ਸਿੱਖ ਜਿਹੜੇ ਮੁੱਦੇ ਚਾਹੁਣ ਉਠਾ ਸਕਦੇ ਆ, ਪਰ ਇਹਦਾ ਇਹ ਬਿਲਕੁਲ ਅਰਥ ਨਹੀਂ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਸਿੱਖਾਂ ਦੀ ਕੋਈ ਪਰਵਾਹ ਕਰਨ ਦੀ ਲੋੜ ਸੀ। ਸੋ ਹਿੰਦੁਸਤਾਨ ਦੇ ਵਿੱਚ 1947 ਤੋਂ 78 ਤੱਕ ਸਿੱਖਾਂ ਦਾ ਇਤਿਹਾਸ ਆ ਜਿਹੜਾ ਉਹ ਵਾਰ ਵਾਰ ਖੁਆਰ ਹੋਣ ਦਾ, ਜ਼ਲੀਲ ਹੋਣ ਦਾ ਇਤਿਹਾਸ ਹੈ, ਬੇਇਨਸਾਫੀਆਂ ਦਾ ਇਤਿਹਾਸ ਹੈ। ਸੋ 1978 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਿਆਸੀ ਦ੍ਰਿਸ਼ 'ਤੇ ਆਏ, ਉਸ ਵੇਲੇ ਤੱਕ ਕੌਮ ਵੀ ਇਹ ਸਫ਼ਰ ਕਰ ਚੁੱਕੀ ਸੀ ਕਿ ਇਸ ਮੁਲਕ ਦੇ ਵਿੱਚ ਸਾਨੂੰ ਦੁਸ਼ਵਾਰੀਆਂ ਦਾ ਹੀ ਸਾਹਮਣਾ ਕਰਨਾ ਪੈਣਾ, ਸਾਡੇ ਨਾਲ ਧੱਕੇਸ਼ਾਹੀਆਂ ਹੀ ਹੋਣੀਆਂ, ਸਾਡਾ ਇੱਕ ਤੋਂ ਬਾਅਦ ਦੂਜੇ ਤਰੀਕੇ ਨਾਲ ਸਾਡੀਆਂ ਮੰਗਾਂ ਦਾ, ਸਾਡੇ ਹੱਕਾਂ ਦਾ, ਸਾਡੇ ਅਹਿਸਾਸ ਦਾ ਮਜ਼ਾਕ ਹੀ ਬਣਾਇਆ ਜਾਣਾ। ਸੋ 1978 ਦੇ ਵਿੱਚ ਕੌਮ ਨੇ ਉਦੋਂ ਤੱਕ ਅਹਿਸਾਸ ਕਰ ਲਿਆ ਸੀ ਅਤੇ ਕੌਮ ਦੇ ਅੰਦਰ ਇਹ ਮੰਗ ਸੀ ਕਿ ਸੰਤ ਜਰਨੈਲ ਸਿੰਘ ਜੀ ਵਰਗਾ ਕੋਈ ਆਗੂ ਆਵੇ ਅਤੇ ਫੈਸਲਾ ਕੁੰਨ ਲੜਾਈ ਪੰਥ ਦੇ ਹੱਕਾਂ ਲਈ ਉਹ ਸ਼ੁਰੂ ਹੋਵੇ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਿਆਸੀ ਮੰਚ 'ਤੇ ਕਿਵੇਂ ਆਏ? ਇਹਦੇ ਬਾਰੇ ਕਹਾਣੀ ਚੱਲਦੀ ਹੈ ਕਿ ਸੰਤਾਂ ਨੂੰ ਸਿਆਸੀ ਮੰਚ 'ਤੇ ਕਾਂਗਰਸ ਨੇ ਖੜ੍ਹਾ ਕਾਂਗਰਸ ਨੇ ਲੈ ਕੇ ਆਉਂਦਾ। ਇਹਦੇ ਮਾਮਲੇ 'ਚ ਮਾਰਕ ਟੱਲੀ BBC ਦੇ ਪੱਤਰਕਾਰ ਨੇ ਇੱਕ ਕਹਾਣੀ ਦੱਸੀ ਹੈ ਕਿ ਸੰਜੇ ਗਾਂਧੀ ਨੇ ਖੁਫੀਆ ਏਜੰਸੀਆਂ ਤੋਂ 20 ਸੰਤਾਂ ਦੀ ਸੂਚੀ ਲਈ ਅਤੇ ਸੰਤ ਜਰਨੈਲ ਸਿੰਘ ਨੌਜਵਾਨ ਸੀ, ਜੋਸ਼ੀਲਾ ਪ੍ਰਚਾਰ ਕਰ ਰਹੇ ਸੀ, ਉਹਨਾਂ ਦੇ ਸਾਹਮਣੇ ਨਿਰੰਕਾਰੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਸਾਹਿਬਾਨ ਦੀ ਬੇਅਦਬੀ ਕਰਵਾ ਕੇ, ਉਸ ਤੋਂ ਬਾਅਦ ਕਤਲਕਾਂਡ ਕਰਵਾ ਕੇ 78 ਦਾ ਉਹਨਾਂ ਨੂੰ ਸਿਆਸੀ ਦ੍ਰਿਸ਼ 'ਤੇ ਲਿਆਂਦਾ ਗਿਆ। ਇਹ ਕਹਾਣੀ ਬਿਲਕੁਲ ਮਨ ਘੜਤ ਅਤੇ ਝੂਠੀ ਹੈ। ਸੰਤਾਂ ਨੂੰ ਸਿਆਸੀ ਮੰਚ 'ਤੇ ਲਿਆਉਣ ਵਾਲੇ ਸੀ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ। ਕਿਵੇਂ? 1975 ਦੇ ਵਿੱਚ ਇੰਦਰਾ ਗਾਂਧੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਸੀ ਅਤੇ ਉਹਨੇ ਐਮਰਜੈਂਸੀ ਲਾਈ। ਐਮਰਜੈਂਸੀ ਦੇ ਖਿਲਾਫ ਸਾਰੇ ਹਿੰਦੁਸਤਾਨ 'ਚ ਸੰਘਰਸ਼ ਚੱਲਿਆ, ਪਰ ਸਾਰੀਆਂ ਖੱਬੇ ਪੱਖੀ ਧਿਰਾਂ ਅਤੇ ਸਮਾਜਵਾਦੀ ਧਿਰਾਂ ਇਹ ਮੰਨਦੀਆਂ ਕਿ ਐਮਰਜੈਂਸੀ ਦੇ ਖਿਲਾਫ ਸਭ ਤੋਂ ਜ਼ਬਰਦਸਤ ਸੰਘਰਸ਼ ਪੰਜਾਬ ਦੇ ਵਿੱਚ ਸਿੱਖਾਂ ਨੇ ਕੀਤਾ। ਸਿਆਸੀ ਦ੍ਰਿਸ਼ 'ਤੇ ਸਿੱਖ ਸੰਘਰਸ਼ ਦੀ ਅਗਵਾਈ ਸਿੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਦੀ ਮਜ਼ਬੂਤੀ ਦਾ ਆਧਾਰ ਇਹ ਸੀ ਕਿ ਉਹਦੇ ਪਿੱਛੇ ਜਿਹੜੇ ਸਿੱਖ ਹੈ ਉਹ ਵੱਡੀ ਪੱਧਰ 'ਤੇ ਲਾਮਬੰਦ ਹੋਏ ਹੋਏ ਸੀ। ਹੁਣ ਸਵਾਲ ਪੈਦਾ ਹੁੰਦਾ, ਸਿੱਖ ਲਾਮਬੰਦ ਕਿਵੇਂ ਹੋਏ? ਉਹਨਾਂ ਦਿਨਾਂ 'ਚ ਪੰਜਾਬ ਦੇ ਵਿੱਚ ਗੁਰਪੁਰਬ ਦੇ ਸੰਬੰਧ 'ਚ ਵੱਡੀ ਗਿਣਤੀ 'ਚ ਟਕਸਾਲ ਵੱਲੋਂ ਨਗਰ ਕੀਰਤਨ ਕੱਢੇ ਗਏ। ਸਾਰੇ ਪੰਜਾਬ 'ਚ ਐਮਰਜੈਂਸੀ ਦੇ ਦੌਰਾਨ ਅਤੇ ਹੋਰ ਹਿੱਸਿਆਂ 'ਚ ਦਫਾ 144 ਲੱਗੀ ਹੋਈ ਸੀ, ਜਿਹਦੇ ਤਹਿਤ ਕਿਸੇ ਵੀ ਜਨਤਕ ਥਾਂ 'ਤੇ ਲੋਕਾਂ ਦਾ ਇਕੱਠਾ ਹੋਣਾ ਉਹ ਗੈਰ ਕਾਨੂੰਨੀ ਹੈ। ਪਰ ਉਸ ਵੇਲੇ ਤੱਕ ਧਾਰਮਿਕ ਜਜ਼ਬਾ ਪੰਜਾਬ ਦੇ ਸਿੱਖਾਂ 'ਚ ਇੰਨਾ ਕੁ ਮਜ਼ਬੂਤ ਸੀ ਕਿ ਹਿੰਦੁਸਤਾਨ ਦੀ ਹਕੂਮਤ ਚਾਹੁੰਦਿਆਂ ਹੋਇਆਂ ਵੀ ਜਿਹੜੇ ਨਗਰ ਕੀਰਤਨ ਸੀ ਉਹਨਾਂ 'ਤੇ ਪਾਬੰਦੀ ਨਾ ਲਾ ਸਕੀ। ਉਹਨਾਂ ਨਗਰ ਕੀਰਤਨ ਦੇ ਦੌਰਾਨ ਜਿਹੜੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਵਿਖਿਆਨ ਦਿੱਤੇ, ਉਹਨਾਂ ਵਿਖਿਆਨਾਂ ਦੀ ਜਿਹੜੀ ਪੁਰਾਣੇ ਇਤਿਹਾਸ ਨੂੰ ਨਵੀਂ ਹਕੀਕਤ ਨਾਲ ਜੋੜਿਆ ਅਤੇ ਜਿਹੜੀ ਨਵੀਂ ਸਿਆਸੀ ਹਕੀਕਤ, ਨਵੀਂ ਧੱਕੇਜ਼ੋਰੀ ਹੋ ਰਹੀ ਸੀ ਹਿੰਦੁਸਤਾਨ 'ਚ, ਉਹਦੀ ਸਿੱਧੇ ਸ਼ਬਦਾਂ 'ਚ ਨਿਖੇਧੀ ਕਰਕੇ ਉਹਦੇ ਬਾਰੇ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਂਦੀ। ਸੋ ਪੰਜਾਬ ਭਰ ਦੇ ਵਿੱਚ ਜਿਹੜੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਨੇ ਚੇਤਨਾ ਲਿਆਂਦੀ,
ਉਹਦੇ ਸਦਕਾ ਦਮਦਮੀ ਟਕਸਾਲ ਸਿੱਖਾਂ ਦੇ ਸਿਆਸੀ ਮੁੱਦਿਆਂ ਨਾਲ ਦੇ ਸੰਬੰਧ ਦੇ ਵਿੱਚ ਉਹ ਉੱਭਰ ਕੇ ਸਾਹਮਣੇ ਆਈ। 1975 ਦੇ ਸਾਲਾਂ ਦੇ ਵਿੱਚ ਉਹਨਾਂ ਬਹੁਤ ਸਾਰੇ ਨਗਰ ਕੀਰਤਨਾਂ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਾਮਲ ਸੀ ਅਤੇ ਉਹਨਾਂ ਨੇ ਜਿਹੜਾ ਸੰਤ ਕਰਤਾਰ ਸਿੰਘ ਵੱਲੋਂ ਕੀਤੇ ਵਿਖਿਆਨ ਜਿਹੜੇ ਉਹਨਾਂ ਨੂੰ ਉਹਨਾਂ ਦਾ ਸਿੱਧਾ ਉਹਨਾਂ ਨੂੰ ਅਨੁਭਵ ਸੀ। ਸੋ ਉਹ ਚੇਤਨਾ ਜਿਹੜੀ ਟਕਸਾਲ ਤੋਂ ਵਿੱਦਿਆ ਲਈ ਜਿਹੜੇ ਉਹਨਾਂ ਦੇ ਟਕਸਾਲ ਦੇ ਵਿੱਚ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਸੀ ਉਹ ਸੰਤ ਕਰਤਾਰ ਸਿੰਘ ਹੀ ਸੀ। ਸੋ ਸੰਤ ਜਰਨੈਲ ਸਿੰਘ ਤੋਂ ਪਹਿਲਾਂ ਦਮਦਮੀ ਟਕਸਾਲ ਸਿਆਸੀ ਮੁੱਦਿਆਂ 'ਤੇ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਸਰਗਰਮ ਹੋ ਚੁੱਕੀ ਸੀ। ਸੋ ਸੰਤ ਜਰਨੈਲ ਸਿੰਘ ਨੇ ਉਸੇ ਲੀਹ ਨੂੰ ਅੱਗੇ ਤੋਰਿਆ। ਸੋ ਸੰਤਾਂ ਦੀ ਜਿਹੜੀ ਸਿਆਸੀ ਦ੍ਰਿਸ਼ ਦੇ ਉੱਤੇ ਉਹਨਾਂ ਦਾ ਆਉਣਾ ਉਹ ਕੋਈ ਨਵਾਂ ਅਤੇ ਜੱਗੋਂ ਤੇਰਵਾਂ ਵਰਤਾਰਾ ਨਹੀਂ ਸੀ। ਦੂਜੀ ਗੱਲ, ਜਿਹੜੇ ਕਹਿੰਦੇ ਆ ਸੰਜੇ ਗਾਂਧੀ ਨੇ ਖੁਫੀਆ ਏਜੰਸੀਆਂ ਨਾਲ ਮਿਲ ਕੇ ਇਹ ਮਨਸੂਬਾ ਘੜਿਆ, ਉਹਨਾਂ ਨੂੰ ਇਹ ਸਵਾਲ ਪੁੱਛਣਾ ਬਣਦਾ ਕਿ ਸੰਜੇ ਗਾਂਧੀ ਨੇ ਕਿਸ ਹੈਸੀਅਤ 'ਚ ਇਹ ਕੰਮ ਕੀਤਾ। 1977 'ਚ ਕਾਂਗਰਸ ਹਾਰ ਗਈ। ਪੱਤਰਕਾਰ ਜਗਤਾਰ ਸਿੰਘ ਨੇ ਇਸ ਸੰਬੰਧ 'ਚ ਬਹੁਤ ਵਿਸਥਾਰ 'ਚ ਲਿਖਿਆ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ। 1977 'ਚ ਕਾਂਗਰਸ ਹਾਰ ਗਈ। ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀਨ 'ਤੇ ਆਉਂਦੇ ਆ ਉਸ ਵੇਲੇ ਤਾਂ ਕਾਂਗਰਸ ਕੇਂਦਰੀ ਸੱਤਾ ਦੇ ਵਿੱਚ ਹੈ ਹੀ ਨਹੀਂ। ਜਦੋਂ ਉਹਨਾਂ ਕੋਲ ਸਿਆਸੀ ਪਾਵਰ ਹੀ ਹੈ ਨਹੀਂ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨਹੀਂ, ਉਹ ਸਾਰੇ ਚੋਣਾਂ ਹਾਰ ਚੁੱਕੇ ਆ, ਉਹ ਖੁਫੀਆ ਏਜੰਸੀਆਂ ਨਾਲ ਤਾਲਮੇਲ ਕਰਕੇ ਸੰਤਾਂ ਨੂੰ ਖੜ੍ਹਾ ਕਿਵੇਂ ਕਰਨਗੇ? ਸੋ ਇਹ ਜਿਹੜੀ ਮਨਘੜਤ ਕਹਾਣੀ ਮਾਰਕ ਟੱਲੀ ਨੇ ਲਿਆਂਦੀ, ਉਸ ਤੋਂ ਬਾਅਦ ਬਹੁਤ ਸਾਰੇ ਸੋ ਕਾਲਡ ਸਿੱਖ ਇਤਿਹਾਸਕਾਰਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਇਹਨੂੰ ਵਾਰ ਵਾਰ ਦੁਹਰਾਇਆ, ਬਿਨਾਂ ਸੋਚੇ ਸਮਝੇ ਜਾਂ ਕਿਸੇ ਮਨਸੂਬੇ ਤਹਿਤ। ਇਹ ਕਹਾਣੀ ਬਿਲਕੁਲ ਹੀ ਬੇਬੁਨਿਆਦ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਦ੍ਰਿਸ਼ 'ਤੇ ਆਉਣਾ ਇਹ ਬਹੁਤ ਖਾਸ ਵਰਤਾਰਾ ਹੈ। ਇਸ ਖਾਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 1920 ਦੇ ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈ ਉਹ ਕਈ ਸਾਲਾਂ ਤੋਂ ਚੱਲ ਰਹੀ ਸੀ, ਗੁਰਦੁਆਰਾ ਸੁਧਾਰ ਲਹਿਰ 1905 ਦੇ ਵਿੱਚ ਭਰਵੇਂ ਰੂਪ ਸ਼ੁਰੂ ਹੋ ਜਾਂਦੀ ਹੈ ਜਦੋਂ ਸਿੱਖ ਆਗੂ ਸਰਦਾਰ ਅਰੂੜ ਸਿੰਘ ਨੇ ਜਿਹੜੀਆਂ ਹਿੰਦੂ ਮੂਰਤੀਆਂ ਸੀ ਉਹਨਾਂ ਨੂੰ 1905 ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ 'ਚੋਂ ਬਾਹਰ ਕੱਢਿਆ। ਉੱਥੋਂ ਗੁਰਦੁਆਰਾ ਸੁਧਾਰ ਲਹਿਰ ਭਰਵੇਂ ਰੂਪ ਸ਼ੁਰੂ ਹੋ ਜਾਂਦੀ ਹੈ। ਉਦੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਸੱਚਾ ਸੌਦਾ ਹੈ ਉਹਦੇ ਸੁਧਾਰ ਦੀ ਲਹਿਰ ਹੈ। ਉਸ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਦਾ ਮੁੱਦਾ ਅਤੇ 1920 'ਚ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਹੈ ਉਹ ਭਰਵੇਂ ਪੱਧਰ 'ਤੇ ਸ਼ੁਰੂ ਹੋ ਜਾਂਦੀ ਹੈ। 1920 ਦੇ ਵਿੱਚ ਸਿੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਉਂਦਾ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਜਿਹੜਾ ਅੰਗਰੇਜ਼ਾਂ ਦਾ ਨਿਸ਼ਚਿਤ ਕੀਤਾ ਜਮਹੂਰੀ ਅਮਲ ਸੀ, ਪਹਿਲੀ ਵਾਰ ਨਹੀਂ, ਸ਼੍ਰੋਮਣੀ ਅਕਾਲੀ ਦਲ ਤੋਂ ਕੁਛ ਸਾਲ ਪਹਿਲਾਂ, 2-3 ਸਾਲ ਪਹਿਲਾਂ ਜਿਹੜੀ ਸੈਂਟਰਲ ਸਿੱਖ ਲੀਗ ਹੈ ਉਹਨੇ ਜਿਹੜੇ ਅੰਗਰੇਜ਼ਾਂ ਦੇ ਸ਼ੁਰੂ ਕੀਤੇ ਸਿਆਸੀ ਅਮਲ 'ਚ ਹਿੱਸਾ ਲੈਣਾ ਸ਼ੁਰੂ ਕੀਤਾ। 1920 'ਚ ਸ਼੍ਰੋਮਣੀ ਅਕਾਲੀ ਦਲ ਬਣ ਗਿਆ। 1929 ਤੱਕ ਸੈਂਟਰਲ ਸਿੱਖ ਲੀਗ ਜਿਹੜੀ ਹੈ ਉਹ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਰਹੀ। 1930 ਤੋਂ ਬਾਅਦ ਅਕਾਲੀ ਆਗੂ ਸਰਦਾਰ ਖੜਕ ਸਿੰਘ ਦੇ ਸੈਂਟਰਲ ਸਿੱਖ ਲੀਗ ਨਾਲ ਮਤਭੇਦਾਂ ਸਦਕਾ ਜਿਹੜੇ ਅਕਾਲੀ ਦਲ ਹੈ ਉਹ ਵੱਖਰਾ ਹੋਇਆ ਅਤੇ ਅਕਾਲੀ ਦਲ ਸਿੱਖ ਸੰਘਰਸ਼ ਦਾ, ਸਿੱਖ ਮੁੱਦਿਆਂ ਦਾ ਮੁੱਖ ਨੁਮਾਇੰਦਾ ਬਣ ਕੇ ਸਾਹਮਣੇ ਆਇਆ। ਸੋ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੀ ਹੈ? ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਅੰਗਰੇਜ਼ਾਂ ਦੇ ਰਾਜ ਨੂੰ ਮੂਲੋਂ ਮੁੱਢੋਂ ਚੁਣੌਤੀ ਨਾ ਦੇ ਕੇ ਅੰਗਰੇਜ਼ਾਂ ਦੇ ਸੈੱਟ ਕੀਤੇ ਸਿਆਸੀ ਨਿਜ਼ਾਮ ਦੇ ਅੰਦਰ ਕੁਝ ਨਾ ਕੁਝ ਹੱਕ ਹਾਸਲ ਕਰਨ ਲਈ ਸੰਘਰਸ਼ ਕਰਨਾ, ਸੰਘਰਸ਼ ਨੂੰ ਸਿਰਫ ਜਮਹੂਰੀ ਅਤੇ ਸ਼ਾਂਤਮਈ ਰੱਖਣਾ, ਹਥਿਆਰਬੰਦ ਸੰਘਰਸ਼ ਤੋਂ ਦੂਰ ਰਹਿਣਾ।
ਇਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਅਕੀਦੇ ਸੀ। ਸੋ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੰਘਰਸ਼ ਸ਼ੁਰੂ ਕੀਤਾ। ਇਹ ਸੰਘਰਸ਼ ਦਾ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਨੂੰ ਹੱਕ ਤਾਂ ਕੋਈ ਹਾਸਲ ਨਾ ਹੋਏ। 1947 ਦੇ ਵਿੱਚ ਉਹ ਨਾ ਸਿਰਫ ਘਰੋਂ ਬੇਘਰ ਹੋ ਗਏ, ਉਹਨਾਂ ਨੇ ਲੱਖਾਂ ਦੀ ਗਿਣਤੀ ਜਾਨਾਂ ਵੀ ਗੁਆਈਆਂ ਅਤੇ ਆਪਣਾ ਨੁਕਸਾਨ ਵੀ ਕੀਤਾ ਅਤੇ ਨਵੀਆਂ ਧੱਕੇਸ਼ਾਹੀਆਂ, ਨਵੀਆਂ ਨਸਲਕੁਸ਼ੀਆਂ ਲਈ ਹਿੰਦੁਸਤਾਨ ਦੀ ਅਧੀਨਗੀ ਦੇ ਵਿੱਚ ਆ ਗਏ। ਸੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਹੁੰਚ ਹੈ ਕਿ ਅੰਗਰੇਜ਼ੀ ਸਾਮਰਾਜ ਨੂੰ ਅੰਗਰੇਜ਼ ਧਾੜਵੀ ਧਿਰ ਸੀ, ਅੰਗਰੇਜ਼ ਵਿਦੇਸ਼ ਤੋਂ ਆਈ ਧਾੜਵੀ ਧਿਰ ਸੀ ਜਿਨ੍ਹਾਂ ਨੇ ਧੋਖੇ ਨਾਲ ਸਾਡੇ ਰਾਜ 'ਤੇ ਕਬਜ਼ਾ ਕਰਕੇ ਉੱਥੇ ਆਪਣਾ ਰਾਜ ਸਥਾਪਿਤ ਕੀਤਾ। ਸੋ ਅੰਗਰੇਜ਼ੀ ਰਾਜ ਨੂੰ ਮੂਲੋਂ ਮੁੱਢੋਂ ਚੁਣੌਤੀ ਦੇਣੀ ਸਾਡਾ ਬੁਨਿਆਦੀ ਹੱਕ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਹ ਹੱਕ ਵਸਾਰਿਆ। ਸ਼੍ਰੋਮਣੀ ਅਕਾਲੀ ਦਲ ਨੇ ਇਹ ਹੱਕ ਕਿਉਂ ਵਸਾਰਿਆ? ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਧਰਮ ਦੀ ਵਿਆਖਿਆ ਉਹ ਸਿੰਘ ਸਭਾ ਲਹਿਰ ਦੇ ਵਿੱਚੋਂ ਨਿਕਲੀ ਹੈ। ਸਿੰਘ ਸਭਾ ਲਹਿਰ ਨੇ ਜਿਹੜੀ ਸਿਧਾਂਤਕ ਪੈਂਤੜਾ ਲਿਆ, ਬਹੁਤੇ ਮੁੱਦਿਆਂ 'ਤੇ ਉਹਨਾਂ ਦੀ ਜਿਹੜੀ ਧਰਮ ਦੀ ਵਿਆਖਿਆ ਉਹ ਐਕੂਰੇਟ ਸੀ, ਉਹਦੇ 'ਚ ਕੋਈ ਨੁਕਸ ਨਹੀਂ ਸੀ। ਪਰ ਸਿੰਘ ਸਭਾ ਨੇ ਜਦੋਂ ਸਿਧਾਂਤਬੱਧ ਕੀਤਾ, ਉਹਨਾਂ ਨੇ ਜਿਹੜੀ ਰੂਹਾਨੀ ਰੰਗਤ ਸੀ ਨਾ ਸਿੱਖੀ ਦੀ, ਜਿਹਦੇ 'ਚ ਨਾਮ ਜਪਣਾ, ਆਪਣਾ ਆਪਾ ਸਵਾਰਨਾ ਅਤੇ ਜੂਝ ਮਰਨਾ ਉਹ ਮੁੱਖ ਪਹਿਲੂ ਹੈ, ਉਹ ਉਹਨਾਂ ਨੇ ਦੂਜੇ ਦਰਜੇ 'ਤੇ ਲੈ ਆਉਂਦੇ। ਨਕਾਰੇ ਨਹੀਂ, ਉਹਨਾਂ ਨੂੰ ਰੱਦ ਨਹੀਂ ਕੀਤਾ, ਨਾ ਹੀ ਉਹਨੂੰ ਖਤਮ ਕੀਤਾ। ਉਹਨਾਂ ਤੋਂ ਫੋਕਸ ਸ਼ਿਫਟ ਹੋ ਗਿਆ, ਫੋਕਸ ਸ਼ਿਫਟ ਹੋ ਗਿਆ ਸਿਧਾਂਤਵਾਦ 'ਤੇ। ਸਿੱਖੀ ਜਿਹੜੀ ਆ ਉਹਦੇ ਸਿਧਾਂਤ ਹੈਗੇ ਆ। ਸਿੰਘ ਸਭਾ ਨੇ ਸਿੱਖੀ ਦੇ ਸਿਧਾਂਤ ਜਿਹੜੇ ਆ ਉਹਨਾਂ ਦੀ ਵਿਆਖਿਆ ਲਗਭਗ ਠੀਕ ਕੀਤੀ ਹੈ, ਪਰ ਸਿੰਘ ਸਭਾ ਨੇ ਸਿੱਖੀ ਨੂੰ ਸਿਧਾਂਤਵਾਦ ਤੱਕ ਸੀਮਿਤ ਕਰ ਦਿੱਤਾ। ਸੋ ਦਮਦਮੀ ਟਕਸਾਲ ਸੀ ਜਿਹੜੀ, ਇਹ ਸਿੰਘ ਸਭਾ ਤੋਂ ਪਹਿਲਾਂ ਜਿਹੜੀ ਗਿਆਨੀਆਂ ਦੀ ਸੰਪਰਦਾ ਸੀ ਗੁਰਬਾਣੀ ਵਿਆਖਿਆ ਦੀ, ਇਹ ਉਹਦਾ ਪ੍ਰਵਾਹ ਚੱਲ ਰਿਹਾ ਸੀ। ਸੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੀ ਸਿੱਖ ਪਰੰਪਰਾ ਦੇ ਵਿੱਚੋਂ ਸਾਹਮਣੇ ਆਏ, ਉਹ ਸਿੱਖ ਪਰੰਪਰਾ ਦੇ ਉੱਤੇ ਜਿਹੜੀ ਸਿੱਖਾਂ ਜਿਹੜੀ ਅੰਗਰੇਜ਼ਾਂ ਵੱਲੋਂ ਲਿਆਂਦੀ ਆਧੁਨਿਕ ਵਿਆਖਿਆ ਪ੍ਰਣਾਲੀ ਹੈ, ਜਿਹੜੀ ਮਾਡਰਨਿਸਟ ਜਿਹੜਾ ਵੈਸਟਰਨ ਮਾਡਰਨਿਸਟ ਡਿਸਕੋਰਸ ਹੈ ਐਨਲਾਈਟਨਮੈਂਟ ਫਿਲੋਸਫੀ ਦੇ ਵਿੱਚ ਗਰਾਊਂਡਡ, ਜਿਹੜੀ ਉਹਦੇ 'ਚੋਂ ਆਈ ਹੈ, ਸੰਤ ਜਰਨੈਲ ਸਿੰਘ ਦੇ ਉੱਤੇ ਉਸ ਵਿਆਖਿਆ ਦਾ ਕੋਈ ਅਸਰ ਨਹੀਂ ਸੀ। ਸੰਤ ਜਰਨੈਲ ਸਿੰਘ ਨੇ ਜਿਹੜੀ ਆਧੁਨਿਕ ਸਕੂਲ ਦੀ ਪੱਛਮੀ ਵਿੱਦਿਆ ਹਾਸਲ ਨਹੀਂ ਸੀ ਕੀਤੀ। ਸੰਤ ਜਰਨੈਲ ਸਿੰਘ ਨੇ ਇੱਕ ਸਿੱਖ ਸੰਸਥਾ ਤੋਂ ਸਿੱਖ ਵਿੱਦਿਆ ਹਾਸਲ ਕੀਤੀ ਸੀ। ਸੋ ਜਿਹੜੀ 19ਵੀਂ ਸਦੀ ਦੇ ਅਖੀਰ 'ਚ ਗੁਰਬਾਣੀ ਅਤੇ ਸਿੱਖੀ ਦੀ ਵਿਆਖਿਆ ਹੁੰਦੀ ਹੈ ਉਹ ਪੂਰੀ ਤਰ੍ਹਾਂ ਆਧੁਨਿਕ ਨਹੀਂ। ਸਿੰਘ ਸਭਾ ਦੇ ਵਿਦਵਾਨ ਸਿੱਖ ਪਰੰਪਰਾਵਾਂ ਨਾਲ, ਗੁਰਬਾਣੀ ਨਾਲ ਬਹੁਤ ਪੱਕੀ ਤਰ੍ਹਾਂ ਅਤੇ ਡੂੰਘੀ ਤਰ੍ਹਾਂ ਜੁੜੇ ਹੋਏ ਸੀ। ਉਹਨੂੰ ਆਪਾਂ ਰੱਦ ਨਹੀਂ ਕਰ ਰਹੇ ਉਹਨਾਂ ਦੀ ਵਿਆਖਿਆ ਨੂੰ, ਪਰ ਆਪਾਂ ਉਹਦੇ 'ਤੇ ਸਵਾਲ ਖੜ੍ਹਾ ਕਰ ਰਹੇ ਹਾਂ ਕਿ ਸਿੰਘ ਸਭਾ ਦੀ ਵਿਆਖਿਆ ਆਧੁਨਿਕਤਾ ਦੇ ਅਸਰ ਹੇਠ ਸੀ। ਉਹਨਾਂ ਨੇ ਸਿੱਖੀ ਨੂੰ ਸਿਧਾਂਤਵਾਦ ਤੱਕ ਸੀਮਿਤ ਕੀਤਾ। ਜਿਹੜੇ ਅੱਜ ਵੀ ਪ੍ਰਚਾਰਕ ਹੈ, ਮਿਸ਼ਨਰੀ ਪ੍ਰਚਾਰਕ, ਹੋਰ ਸਾਰੇ, ਉਹਨਾਂ ਦਾ ਸਿਧਾਂਤਵਾਦ 'ਤੇ ਜ਼ੋਰ ਆ। ਜਿਹੜੀ ਪੁਰਾਣੀ ਸਿੱਖੀ ਸੀ ਆਧੁਨਿਕਤਾ ਤੋਂ ਪਹਿਲਾਂ ਦੀ, ਉਹਦੇ 'ਚ ਸਿਧਾਂਤਵਾਦ ਨੂੰ ਕਿਤੇ ਰੱਦ ਨਹੀਂ ਕੀਤਾ। ਸਿੱਖੀ ਦੇ ਸਿਧਾਂਤ ਹੈਗੇ ਆ, ਪਰ ਜ਼ੋਰ ਸੀ ਸਿੱਖੀ ਨੂੰ ਜਿਉਣ 'ਤੇ, ਨਾਮ ਜਪਣ 'ਤੇ, ਆਪਣੀ ਰੂਹਾਨੀ ਤਰੱਕੀ ਕਰਨ 'ਤੇ, ਗੁਰੂ ਦੇ ਸਾਹਮਣੇ ਸੱਚੇ ਹੋ ਕੇ ਖੜ੍ਹਨ 'ਤੇ। ਸੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖੀ ਦੀ ਉਸ ਵਿਆਖਿਆ 'ਚੋਂ, ਉਸ ਧਿਰ ਦੇ ਵਿੱਚੋਂ ਆਪਣੀ ਵਿੱਦਿਆ ਲੈ ਕੇ, ਉਹ ਜਿਹੜਾ ਸੱਭਿਆਚਾਰ ਸੀ, ਜਿਹੜਾ ਸਿੱਖੀ ਦਾ ਰੂਹਾਨੀ ਸੱਭਿਆਚਾਰ ਸੀ, ਉਹਦੇ ਸਾਂਚੇ ਦੇ ਵਿੱਚ ਢਲ ਕੇ ਉਹ ਸਾਹਮਣੇ ਆਏ। ਸੋ ਜਿਹੜਾ ਉਹਦੇ ਸਾਂਚੇ ਦੇ ਵਿੱਚ ਢਲ ਕੇ ਆਇਆ, ਉਹਦੇ ਸਾਹਮਣੇ ਜਿਹੜੇ ਸਮੇਂ ਸਥਾਨ ਦੀਆਂ ਮਜਬੂਰੀਆਂ, ਉਹ ਕੋਈ ਮਾਇਨਾ ਨਹੀਂ ਰੱਖਦੀਆਂ। ਉਹ ਕਾਲ ਦੇ ਪ੍ਰਭਾਵ ਤਹਿਤ ਨਹੀਂ, ਉਹ ਕਾਲ ਤੋਂ ਪਾਰ ਅਕਾਲ ਦੀ ਸੱਤਾ ਮੰਨਦਾ। ਸਿੰਘ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ,
ਉਹ ਜਿਹੜੀਆਂ ਸਮੇਂ ਸਥਾਨ ਦੀਆਂ ਹਕੀਕਤਾਂ ਸੀ, ਉਹਨਾਂ ਹਕੀਕਤਾਂ ਨੇ ਜਿਹੜੇ ਦਬਾਅ ਖੜ੍ਹੇ ਕੀਤੇ ਸੀ, ਉਹਨਾਂ ਦਬਾਵਾਂ ਦੇ ਤਹਿਤ ਨੀਤੀ ਬਣਾਉਂਦੇ ਸੀ ਅਤੇ ਉਹਨਾਂ ਦਬਾਵਾਂ ਦੇ ਤਹਿਤ ਕੰਮ ਕਰਦੇ ਸੀ। ਸੰਤ ਜਰਨੈਲ ਸਿੰਘ ਜਿਹੜੀ ਸਿੱਖੀ ਦੀ ਵਿਆਖਿਆ ਲੈ ਕੇ ਆਏ, ਉਹਦੇ 'ਚ ਜਿਹੜੇ ਉਸ ਵੇਲੇ ਦੇ ਦਬਾਅ ਸੀ, ਉਹ ਸਮੇਂ ਦੀਆਂ ਹਕੀਕਤਾਂ ਸੀ, ਉਹਨੂੰ ਉਹਨਾਂ ਨੇ ਮੂਲੋਂ ਮੁੱਢੋਂ ਨਕਾਰਿਆ। ਹਿੰਦੁਸਤਾਨ ਦੀ ਫੌਜੀ ਤਾਕਤ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ। ਪੰਥ ਦੇ ਅੰਦਰਲੇ ਜਿਹੜਾ ਜੂਝ ਮਰਨ ਦਾ ਪੋਟੈਂਸ਼ੀਅਲ ਆ ਪੰਥ ਦੇ ਅੰਦਰਲਾ, ਉਹਦੇ 'ਤੇ ਫੋਕਸ ਕੀਤਾ। ਸੋ ਸੰਤ ਜਰਨੈਲ ਸਿੰਘ ਦੀ ਅਪਰੋਚ ਕੀ ਸੀ, ਬਈ ਰਾਜ ਜਿੱਡਾ ਮਰਜ਼ੀ ਤਾਕਤਵਰ ਹੋਵੇ, ਉਹਦੇ ਲਸ਼ਕਰ ਜਿੱਡੇ ਮਰਜ਼ੀ ਭਾਰੇ ਹੋਣ, ਪਰ ਜੇ ਸਿੱਖਾਂ ਦੇ ਅੰਦਰ ਗੁਰੂ ਦੀ ਜੋਤ ਜਗਦੀ ਹੈ, ਜੇ ਸਿੱਖ ਰੂਹਾਨੀ ਤੌਰ 'ਤੇ ਮਜ਼ਬੂਤ ਹੈ, ਜੇ ਸਿੱਖ ਨਿਸ਼ੰਗ ਹੋ ਕੇ ਆਪਾ ਵਾਰਨ ਦੀ ਸਮਰੱਥਾ ਰੱਖਦੇ ਹੈ, ਤਾਂ ਰਾਜ ਸੱਤਾ ਜਿਹੜੀ ਹੈ ਉਹ ਆਉਂਦੀ ਜਾਂਦੀ ਰਹਿੰਦੀ ਹੈ। ਸੋ ਸੰਤ ਜਰਨੈਲ ਸਿੰਘ ਸੀਨ 'ਤੇ ਆਏ ਅਤੇ ਇਸ ਅਪਰੋਚ ਦੇ ਵਿੱਚੋਂ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਹੋਣਾ ਸ਼ੁਰੂ ਕੀਤਾ। ਜਿਵੇਂ ਆਪਾਂ ਪਹਿਲਾਂ ਦੱਸ ਆਏ ਹਾਂ, 1947 ਤੱਕ ਦਾ ਤੋਂ 78 ਤੱਕ ਦਾ ਜਿਹੜਾ ਇਤਿਹਾਸ ਹੈ ਉਹ ਦੁਸ਼ਵਾਰੀਆਂ ਦਾ ਇਤਿਹਾਸ ਸੀ, ਲਗਾਤਾਰ ਖੁਆਰ ਹੋਣ ਦਾ ਇਤਿਹਾਸ ਸੀ ਹਿੰਦੁਸਤਾਨ ਦੀ ਹਕੂਮਤ ਹੱਥੋਂ। ਸੋ ਸਿੱਖ ਚਾਹੁੰਦੇ ਸੀ, ਸਿੱਖਾਂ ਦੇ ਅੰਦਰ ਇਹ ਭਾਵਨਾ ਸੀ ਕਿ ਕੋਈ ਸੂਰਮਾ ਉੱਠੇ ਅਤੇ ਕੌਮ ਨੂੰ ਰਾਹ ਵਿਖਾਵੇ। ਜਦੋਂ ਸੰਤ ਜਰਨੈਲ ਸਿੰਘ ਆਏ, ਲੋਕਾਂ ਨੂੰ ਸਿਰਫ ਸੰਤਾਂ ਦੇ ਵਿਚਾਰਾਂ ਨੇ ਨਹੀਂ ਟੁੰਬਿਆ, ਲੋਕਾਂ ਨੂੰ ਸੰਤਾਂ ਦੀ ਸ਼ਖਸੀਅਤ ਨੇ ਟੁੰਬਿਆ। ਤੱਤੀ ਗੱਲ ਤਾਂ ਕੋਈ ਵੀ ਬੰਦਾ ਉੱਠ ਕੇ ਕਰ ਸਕਦਾ, ਸੰਤਾਂ ਤੋਂ ਬਾਅਦ ਬਹੁਤ ਲੋਕਾਂ ਨੇ ਕੋਸ਼ਿਸ਼ ਵੀ ਕੀਤੀ, ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ, ਉਹਦਾ ਕੋਈ ਚੋ ਇਤਿਹਾਸ ਨਹੀਂ ਨਿਕਲਿਆ। ਸੰਤਾਂ ਵੇਲੇ ਇਤਿਹਾਸ ਕਿਵੇਂ ਸਿਰਜਿਆ ਗਿਆ? ਸਮੂਹਕ ਤੌਰ 'ਤੇ ਸਿੱਖਾਂ ਨੇ ਇਹ ਅਹਿਸਾਸ ਕੀਤਾ ਕਿ ਜਿਹੜੇ ਸੰਤ ਹੈ ਉਹ ਕਹਿਣੀ ਅਤੇ ਕਥਨੀ ਦੇ ਪੂਰੇ ਹੈ। ਉਹਨਾਂ ਨੂੰ ਸੰਤਾਂ ਦੇ ਵਿਚਾਰ ਚੰਗੇ ਲੱਗੇ, ਪਰ ਵਿਚਾਰਾਂ ਨਾਲੋਂ ਵੱਧ ਉਹਨਾਂ ਦੀ ਸ਼ਖਸੀਅਤ ਨੇ ਸਿੱਖਾਂ ਨੂੰ ਸਮੂਹਕ ਤੌਰ 'ਤੇ ਪ੍ਰੇਰਨਾ ਦਿੱਤੀ। ਉਸ ਪ੍ਰੇਰਨਾ ਦੇ ਵਿੱਚੋਂ ਤੁਹਾਡੇ ਸਾਹਮਣੇ ਇੱਕ ਬੰਦਾ ਹੈ ਜਿਹੜਾ ਕਹਿ ਰਿਹਾ ਮੈਂ ਆਰ ਪਾਰ ਦੀ ਲੜਾਈ ਲੜਨੀ ਹੈ, ਕੋਈ ਸਮਝੌਤਾ ਨਹੀਂ ਕਰਨਾ, ਅਤੇ ਕੌਮ ਉਹ ਸ਼ਖਸੀਅਤ ਦੇ ਪਿੱਛੇ ਆਰ ਪਾਰ ਦੀ ਲੜਾਈ ਲੜਨ ਲਈ ਲਾਮਬੰਦ ਹੋ ਗਈ। ਸੰਤਾਂ ਨੇ ਆਪਣੇ ਬੋਲ ਪੁਗਾਏ, ਹਿੰਦੁਸਤਾਨ ਦੀ ਹਕੂਮਤ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਬਹਾਨਾ ਕਿ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਜਿਹੜੇ ਸਿੰਘ ਆ ਉੱਥੇ ਮੌਜੂਦ ਸੀ। ਪਰ 1955 ਦੇ ਵਿੱਚ ਜਦੋਂ ਪੰਜਾਬੀ ਸੂਬੇ ਵੇਲੇ ਜਵਾਹਰ ਲਾਲ ਨਹਿਰੂ ਨੇ ਦਰਬਾਰ ਸਾਹਿਬ 'ਚ ਪੁਲਿਸ ਭੇਜੀ ਹੈ, ਉਦੋਂ ਕਿਹੜੇ ਸੰਤ ਜਰਨੈਲ ਸਿੰਘ ਸੀ? ਉਦੋਂ ਕਿਹੜੇ ਹਥਿਆਰ ਸੀ? ਉਦੋਂ ਕਿਹੜੀ ਹਥਿਆਰਬੰਦ ਲਹਿਰ ਚੱਲ ਰਹੀ ਸੀ? ਕਿਹੜਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਸੀ? ਸੰਤ ਜਰਨੈਲ ਸਿੰਘ ਇੱਕ ਵਿਅਕਤੀ ਸੀ। ਹਮਲਾ 37 ਗੁਰਦੁਆਰਿਆਂ 'ਤੇ ਕਿਉਂ ਹੋਇਆ? ਬਾਕੀ ਗੁਰਦੁਆਰਿਆਂ 'ਚ ਕਿਹੜੇ ਸੰਤ ਜਰਨੈਲ ਸਿੰਘ ਬੈਠੇ ਸੀ? ਹਿੰਦੁਸਤਾਨੀਆਂ ਦਾ ਇਹ ਪੁਰਾਣਾ ਸੁਪਨਾ ਸੀ, ਉਹਨਾਂ ਦਾ ਇਹ ਸੁਭਾਅ ਹੈ, ਉਹਨਾਂ ਦੀ ਆਦਤ ਹੈ ਕਿ ਲੋਕਾਂ ਦੀ ਅਣਖ ਮਾਰ ਕੇ ਉਹਨਾਂ ਨੂੰ ਦਲਿਤ ਬਣਾਉਣਾ, ਉਹਨਾਂ ਨੂੰ ਘਸਿਆਰੇ ਬਣਾਉਣਾ, ਅਤੇ ਅਣਖ ਮਾਰਨ ਲਈ ਉਹਨਾਂ ਦੀ ਇਹ ਲੋੜ ਸੀ ਕਿ ਜਿਹੜੀ ਧਿਰ ਦੀ ਅਣਖ ਮਾਰਨੀ ਹੈ ਉਹਦਾ ਸਭ ਤੋਂ ਵੱਡਾ ਅਪਮਾਨ ਕੀਤਾ ਜਾਵੇ, ਉਹਨੂੰ ਸਭ ਤੋਂ ਵੱਡੀ ਹਿਊਮੀਲੀਏਸ਼ਨ ਦੇ ਸਾਹਮਣੇ ਲਿਆਂਦਾ ਜਾਵੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਹਮਲੇ ਤੋਂ ਵੱਡਾ ਸਿੱਖ ਕੌਮ ਦਾ ਅਪਮਾਨ ਕੋਈ ਨਹੀਂ ਸੀ ਹੋ ਸਕਦਾ। ਪਰ ਉਹਨਾਂ ਦੀ ਇਹ ਮਿਸਕੈਲਕੂਲੇਸ਼ਨ ਸੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਸਿੱਖ ਇਹ ਅਪਮਾਨ ਸਹਿਣ ਦੇ ਆਦੀ ਹੋ ਜਾਣਗੇ। ਪਰ ਇੰਦਰਾ ਗਾਂਧੀ ਨੂੰ 5 ਮਹੀਨਿਆਂ ਦੇ ਵਿੱਚ ਸਜ਼ਾ ਮਿਲੀ। ਉਸ ਤੋਂ ਬਾਅਦ ਜਿਹੜੀ ਲਹਿਰ ਚੱਲੀ ਪੰਜਾਬ ਦੇ ਵਿੱਚ, ਸਿੱਖਾਂ ਨੇ ਇੱਕ ਵਾਰੀ ਇਹ ਵਿਖਾ ਦਿੱਤਾ
ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਹਮਾਕਤ ਇਹ ਕੋਈ ਮਾਮੂਲੀ ਗੱਲ ਨਹੀਂ ਅਤੇ ਉਹ ਜਿਹੜਾ ਇਤਿਹਾਸ ਉਦੋਂ ਸਿਰਜਿਆ ਗਿਆ ਉੱਥੋਂ ਤੱਕ ਨਾ ਕੋਈ ਨੌਰਥ ਈਸਟ ਦੀ ਮੂਵਮੈਂਟ ਨਾ ਕੋਈ ਕਸ਼ਮੀਰ ਦੀ ਮੂਵਮੈਂਟ ਉਹਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੇ। ਸੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 6 ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੌੜੇ ਨਿਸ਼ਾਨ ਸਾਹਿਬਾਂ ਦੇ ਦਰਮਿਆਨ ਫੌਜ ਨਾਲ ਸਿੱਧਾ ਮੁਕਾਬਲਾ ਕਰਦੇ ਸ਼ਹੀਦ ਹੋ ਜਾਂਦੇ ਆ। ਸੰਤ ਜਰਨੈਲ ਸਿੰਘ ਦੀ ਸ਼ਹੀਦੀ ਤੋਂ ਬਾਅਦ ਜਿਹੜਾ 1984 ਤੋਂ 92 ਤੱਕ 95 ਤੱਕ ਹੀ ਕਹਿਣਾ ਚਾਹੀਦਾ ਬੇਅੰਤ ਸਿੰਘ ਦੇ ਕਤਲ ਤੱਕ ਜਿਹੜਾ ਸੰਘਰਸ਼ ਚੱਲਿਆ ਉਸ ਵੇਲੇ ਸੰਤਾਂ ਵਰਗਾ ਕੋਈ ਵੀ ਆਗੂ ਸੰਘਰਸ਼ ਦੀ ਅਗਵਾਈ ਕਰਨ ਲਈ ਮੌਜੂਦ ਨਹੀਂ ਸੀ। ਉਹ ਸੰਘਰਸ਼ ਕਿਵੇਂ ਚੱਲਿਆ? ਉਸ ਸੰਘਰਸ਼ ਦੇ ਵਿੱਚੋਂ ਜਿਹੜੀ ਸੰਤਾਂ ਦੀ ਇਤਿਹਾਸਿਕ ਦੇਣ ਹੈ ਉਹਦੀ ਸਮਝ ਆਉਂਦੀ ਹੈ। ਸੰਤਾਂ ਦੀ ਦੇਣ ਇਹ ਹੈ ਕਿ ਸੰਤਾਂ ਨੇ ਕੌਮ ਨੂੰ ਅੰਦਰੋਂ ਝੰਜੋੜਿਆ, ਸੰਤਾਂ ਨੇ ਕੌਮ ਦੇ ਅੰਦਰ ਇੱਕ ਸਪਿਰਚੁਅਲ ਟ੍ਰਾਂਸਫਾਰਮੇਸ਼ਨ ਲਿਆਂਦੀ। ਸੰਤਾਂ ਨੇ ਜਿਹੜਾ ਸਿੱਖੀ ਦਾ ਨਾਲ ਸਿੱਖਾਂ ਦਾ ਕਨੈਕਸ਼ਨ ਸੀ ਉਹ ਬਹੁਤ ਸਾਰੇ ਤਰੀਕਿਆਂ ਨਾਲ ਉਹ ਇੰਟਰਪਟ ਹੋ ਗਿਆ ਸੀ। ਸਿੱਖਾਂ ਦੇ ਸਿੱਖੀ ਨਾਲ ਕਨੈਕਸ਼ਨ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਬਹੁਤ ਸਾਰੇ ਕਾਰਨਾਂ ਕਰਕੇ ਵਿਘਨ ਪੈ ਗਿਆ ਸੀ। ਸੰਤਾਂ ਨੇ ਜਿਹੜਾ ਉਹ ਵਿਘਨ ਸੀ ਉਹ ਖਤਮ ਕੀਤਾ। ਸਿੱਖਾਂ ਦਾ ਗੁਰੂ ਨਾਲ ਨਾਤਾ ਜਿਹੜਾ ਸੀ ਉਹ ਦੁਬਾਰਾ ਉਹਨੂੰ ਸੁਰਜੀਤ ਕੀਤਾ, ਉਹਦੇ 'ਚ ਇੰਟੈਂਸਿਟੀ ਲਿਆਂਦੀ। ਜਿਹੜੀ ਸਿੱਖਾਂ ਦੇ ਗੁਰੂ ਨਾਲ ਨਾਤੇ ਦੇ ਵਿੱਚ ਸ਼ਿੱਦਤ ਹੈ ਇਹ ਸੰਤਾਂ ਦਾ ਸਿਰਫ ਸਿਧਾਂਤ ਨਹੀਂ ਸੀ, ਇਹ ਉਹਨਾਂ ਦਾ ਜੀਵਨ ਸੀ, ਇਹ ਉਹਨਾਂ ਦਾ ਪਰਸਨਲ ਅਨੁਭਵ ਸੀ, ਇਹ ਉਹਨਾਂ ਦਾ ਨਿੱਜੀ ਅਹਿਸਾਸ ਸੀ। ਜਿਹੜੇ ਸਿੱਖ ਨੌਜਵਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਜੁੜੇ ਜਾਂ ਜਿਹੜੀਆਂ ਸਿੱਖ ਸੰਗਤਾਂ ਸੰਤਾਂ ਦੇ ਨਾਲ ਜੁੜੀਆਂ ਉਹ ਵੀ ਇਸੇ ਅਹਿਸਾਸ ਕਰਕੇ ਜੁੜੇ। ਸੋ ਸਿੱਖ ਸੰਗਤਾਂ ਦਾ ਪੰਥ ਦਾ ਸੰਤਾਂ ਨਾਲ ਜਿਹੜਾ ਨਾਤਾ ਸੀ, ਜਿਹੜੀ ਸਾਂਝ ਸੀ ਉਹ ਇੱਕ ਸਾਂਝੇ ਅਹਿਸਾਸ ਦੀ ਸਾਂਝ ਸੀ। ਉਹ ਸਾਂਝੇ ਅਹਿਸਾਸ ਕਰਕੇ 84 ਤੋਂ ਬਾਅਦ ਜਿੰਨਾ ਵੱਡਾ ਸੰਘਰਸ਼ ਚੱਲਿਆ ਉਹਦੇ ਜਿਹੜੇ ਮੁੱਖ ਆਗੂ ਸੀ ਬਹੁਤੇ 28 ਸਾਲ ਦੀ ਉਮਰ ਤੋਂ ਪਹਿਲਾਂ ਸ਼ਹੀਦ ਹੋ ਗਏ। ਜਿਹੜੀਆਂ ਉਹਨਾਂ ਨੇ ਕਮਾਲਾਂ ਕੀਤੀਆਂ ਉਹ ਉਹਨਾਂ ਨੇ 16 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿੱਚ ਬਹੁਤੇ ਜਿਹੜੇ ਜੁਝਾਰੂ ਸਿੰਘ ਸੀ ਉਹਨਾਂ ਨੇ ਜਿਹੜਾ ਇਤਿਹਾਸ ਹੈ ਉਹ ਸਾਨੂੰ ਸਿਰਜ ਕੇ ਵਿਖਾਇਆ। ਸੋ ਇਹ ਸਾਰੀ ਵਿਚਾਰ 'ਚੋਂ ਅਸੀਂ ਕਹਿਣਾ ਕੀ ਚਾਹੁੰਦੇ ਹਾਂ? ਅਸੀਂ ਵਿੱਦਿਆ ਨੂੰ ਅੰਡਰਮਾਈਨ ਨਹੀਂ ਕਰਨਾ ਚਾਹੁੰਦੇ। ਵਿੱਦਿਆ ਦੀ, ਵਿਦਵਾਨਾਂ ਦੀ, ਅਖਬਾਰਾਂ ਦੀ, ਇਲੈਕਟ੍ਰੋਨਿਕ ਮੀਡੀਆ ਦੀ ਕਿਸੇ ਚੀਜ਼ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਵੇਖਣਾ ਚਾਹੁੰਦੇ। ਇਹ ਸਾਰੇ ਅਦਾਰਿਆਂ ਦੀ ਹਰ ਸੰਘਰਸ਼ ਲੜ ਰਹੀ ਕੌਮ ਨੂੰ ਲੋੜ ਹੁੰਦੀ ਹੈ। ਸਿੱਖਾਂ ਨੂੰ ਇਹ ਅਦਾਰੇ ਬਾਕਾਇਦਾ ਖੜ੍ਹੇ ਕਰਨੇ ਚਾਹੀਦੇ ਆ। ਪਰ ਅਦਾਰੇ ਕੀ ਕਰਨਗੇ ਜੇ ਬੰਦਿਆਂ ਦੇ ਅੰਦਰ ਹੀ ਅਣਖ ਨਹੀਂ ਹੋਊਗੀ? ਅਖਬਾਰ ਦੇ ਵਿੱਚ ਲਿਖਣਾ ਤਾਂ ਬੰਦਿਆਂ ਨੇ ਆ ਨਾ, ਜੇ ਬੰਦਿਆਂ ਦੇ ਵਿੱਚ ਨਿਘਾਰ ਹੀ ਇੰਨਾ ਆ ਜੇ, ਦੁਨਿਆਵੀ ਗਿਣਤੀਆਂ ਮਿਣਤੀਆਂ ਹੀ ਇੰਨੀਆਂ ਹਾਵੀ ਹੋ ਜਾਣ ਅਤੇ ਕੋਈ ਲਿਖਣ ਦੀ ਜ਼ਰੂਰਤ ਕਰਨ ਵਾਲਾ ਨਾ ਹੋਵੇ, ਫਿਰ ਅਖਬਾਰ ਵੀ ਕੀ ਕਰਨਗੇ? ਸੰਤਾਂ ਨੇ ਉਹ ਟ੍ਰਾਂਸਫਾਰਮੇਸ਼ਨ ਲਿਆਂਦੀ ਜਿਹਦੇ ਸਦਕਾ ਅਦਾਰਿਆਂ ਦੇ ਖੜ੍ਹੇ ਹੋਣ ਦਾ ਆਧਾਰ ਬਣਦਾ। ਸੋ ਆਪਾਂ ਸਾਰੇ ਕਹਿੰਦੇ ਹਾਂ ਨਾ, ਅੱਜ ਜਿਹੜੇ ਲੋਕ ਸਿੱਖਾਂ ਦੇ ਰਾਜ ਦੇ ਹੱਕ ਦੀ ਵਿਰੋਧਤਾ ਕਰਦੇ ਆ ਉਹ ਇਹ ਬੜਾ ਕਹਿੰਦੇ ਆ ਵੀ ਸਿੱਖਾਂ ਨੇ ਪਹਿਲਾਂ ਸਿੱਖ ਬਣ ਜਾਓ ਫਿਰ ਖਾਲਿਸਤਾਨ ਆਪੇ ਬਣ ਜੂਗਾ। ਸੰਤਾਂ ਨੇ ਇਹੀ ਕੀਤਾ, ਸੰਤਾਂ ਨੇ ਸਿੱਖ ਹੀ ਬਣਾਇਆ, ਨਾ ਸਿਰਫ ਅੰਮ੍ਰਿਤ ਛਕਾਇਆ ਸਗੋਂ ਗੁਰਬਾਣੀ ਨਾਲ, ਸਿਮਰਨ ਨਾਲ, ਨਿਤਨੇਮ ਨਾਲ, ਗੁਰਬਾਣੀ ਦੇ ਅੰਦਰਲੀ ਸਪਿਰਿਟ ਨਾਲ ਲੋਕਾਂ ਨੂੰ ਜੋੜਿਆ। ਸੋ ਉਹੀ ਸਫ਼ਰ ਹੈ। ਪਰ ਜਿਹੜਾ ਸਿੱਖ ਬਣਨਾ ਜਾਂ ਸਿੱਖ ਕੌਮ ਦੀ ਅੰਦਰੋਂ ਰੂਹਾਨੀ ਤਰੱਕੀ ਹੋਣੀ, ਅੱਜ ਕੱਲ੍ਹ ਬਹੁਤ ਸਾਰੇ ਅਖੌਤੀ ਵਿਦਵਾਨ ਇਹ ਕਹਿ ਰਹੇ ਹੈ
ਕਿ ਰਾਜ ਮੰਗਣ ਤੋਂ ਪਹਿਲਾਂ ਸਿੱਖਾਂ ਨੂੰ ਚਾਹੀਦਾ ਅੰਦਰੋਂ ਰੂਹਾਨੀ ਤੌਰ 'ਤੇ ਪੱਕੇ ਹੋਣ। ਪੂਰੇ ਦਾ ਪੂਰਾ ਸਿੱਖ ਇਤਿਹਾਸ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਗੱਲ ਦੇ ਗਵਾਹ ਹੈ ਕਿ ਸਿੱਖੀ ਦੀ ਸੇਵਾ ਅਤੇ ਸਿਮਰਨ ਇਹਨਾਂ 'ਚ ਕੋਈ ਫਰਕ ਨਹੀਂ। ਸੇਵਾ ਵੀ ਰੂਹਾਨੀ ਕਰਮ ਹੈ ਅਤੇ ਸਿਮਰਨ ਵੀ ਰੂਹਾਨੀ ਕਰਮ ਹੈ। ਜਿਹੜੀ ਸਿਆਸੀ ਐਕਟੀਵਿਟੀ ਹੈ ਉਹ ਸੇਵਾ ਹੈ, ਜਿਹੜਾ ਜੰਗ ਦੇ ਮੈਦਾਨ 'ਚ ਲੜਨਾ ਹੈ ਉਹ ਵੀ ਸੇਵਾ ਹੈ ਪੰਥ ਦੀ। ਸੋ ਸੇਵਾ ਇੱਕ ਰੂਹਾਨੀ ਕਰਮ ਹੈ। ਰੂਹਾਨੀਅਤ ਸਿੱਖੀ ਦੀ ਰੂਹਾਨੀਅਤ ਇਹ ਕਹਿੰਦੀ ਨਹੀਂ ਵੀ ਭੋਰੇ 'ਚ ਬਹਿ ਜਾਓ, ਬਹਿ ਕੇ ਨਾਮ ਜਪੋ। ਸਿੱਖੀ ਦਾ ਸਿਮਰਨ ਤਾਂ ਸਵਾਸ ਸਵਾਸ ਸਿਮਰਨ ਹੈ। ਸਵਾਸ ਸਵਾਸ ਸਿਮਰਨ ਦਾ ਕੀ ਮਤਲਬ ਹੈ? ਤੁਸੀਂ ਜਿਹੜੇ ਰੋਜ਼ਮਰ੍ਹਾ ਦੇ ਕੰਮ ਹੈ ਉਹ ਸਾਰੇ ਕਰਨੇ ਆ, ਤੁਸੀਂ ਰੋਜ਼ਮਰ੍ਹਾ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਪਰਿਵਾਰਕ ਹੋਣ ਜਾਂ ਸਮਾਜਿਕ ਹੋਣ ਉਹ ਨਿਭਾਉਣੀਆਂ, ਪਰ ਤੁਸੀਂ ਅੰਦਰੋਂ ਨਾਮ ਨਾਲ ਹੀ ਜੁੜੇ ਹੋਣੇ ਚਾਹੀਦੇ ਆ। ਤੁਹਾਡੇ ਸਾਹਾਂ 'ਚ ਹੋਰ ਕੋਈ ਅਹਿਸਾਸ ਨਹੀਂ ਚਾਹੀਦਾ, ਤੁਹਾਡੇ ਅੰਦਰੋਂ ਨਾਮ ਹੀ ਫੁੱਟਣਾ ਚਾਹੀਦਾ। ਪਰ ਨਾਮ ਜਪਣਾ, ਰੂਹਾਨੀ ਤੌਰ 'ਤੇ ਅੰਦਰੋਂ ਜਾਗਰਤ ਹੋਣਾ ਅਤੇ ਕੌਮੀ ਆਜ਼ਾਦੀ ਲਈ ਲੜਨਾ, ਇਹ ਦੋ ਅੱਡੋ ਅੱਡ ਕਿਸਮਾਂ ਦੇ ਕੰਮ ਨਹੀਂ। ਨਾਮ ਜਪਣਾ ਜਾਂ ਆਪਣੀ ਰੂਹਾਨੀ ਤਰੱਕੀ ਕਰਨੀ ਜਾਂ ਕੌਮ ਨੇ ਰੂਹਾਨੀ ਤੌਰ 'ਤੇ ਮਜ਼ਬੂਤ ਹੋਣਾ, ਜੇ ਅਸੀਂ ਬਾਹਰਲੀਆਂ ਜ਼ਿੰਮੇਵਾਰੀਆਂ ਛੱਡ ਕੇ, ਜੇ ਅਸੀਂ ਪੰਥ ਦੀ ਬੇਪਤੀ ਦਾ ਅਹਿਸਾਸ ਛੱਡ ਕੇ, ਪੰਜਾਬ ਦੀ ਪਾਣੀ ਦੀ ਲੁੱਟ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਮਨਸੂਬਿਆਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ 'ਚ ਧੱਕਣ ਨੂੰ, ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਜਬਰੀ ਮਾਈਗ੍ਰੇਸ਼ਨ ਹੋ ਰਹੀ ਹੈ, ਮੈਂ ਜਬਰੀ ਮਾਈਗ੍ਰੇਸ਼ਨ ਇਸ ਲਈ ਕਹਿ ਰਿਹਾ ਹਾਂ ਕਿ ਜਦੋਂ ਹਿੰਦੁਸਤਾਨ ਦੀ ਹਕੂਮਤ ਨੇ 75 ਸਾਲ ਹਾਲਾਤ ਪੰਜਾਬ ਦੇ ਵਿੱਚ ਇਹ ਬਣਾ ਕੇ ਰੱਖੇ ਕਿ ਨਾ ਉੱਥੇ ਲੋਕ ਆਰਥਿਕ ਤੌਰ 'ਤੇ ਸਰਵਾਈਵ ਕਰ ਸਕਦੇ ਆ, ਨਾ ਉਹਨਾਂ ਨੂੰ ਨੌਕਰੀ ਮਿਲਣੀ ਆ, ਨਾ ਉਹਨਾਂ ਦਾ ਜਾਨ ਮਾਲ ਸੁਰੱਖਿਅਤ ਆ, ਲੋਕਾਂ ਨੇ ਜਿਉਣਾ ਉਸ ਥਾਂ 'ਤੇ ਜਿੱਥੇ ਉਹ ਆਪਣੀ ਦਸਾਂ ਨੌਹਾਂ ਦੀ ਕਿਰਤ ਕਰਕੇ ਮਾਣ ਨਾਲ ਜਿਉ ਸਕਣ। ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਹਿੰਦੁਸਤਾਨ 'ਚ ਰਹਿ ਕੇ ਸਿੱਖ ਮੰਗ 'ਤੇ ਬਣ ਜਾਣ ਅਤੇ ਰੁਲਦੇ ਫਿਰਦੇ ਰਹਿਣ। ਜੇ ਉੱਥੇ ਰੋਟੀ ਨਹੀਂ ਖਾਂਦੇ ਅਤੇ ਜਿੱਥੇ ਰੁਜ਼ਗਾਰ ਮਿਲਦਾ ਲੋਕ ਉੱਥੇ ਜਾ ਰਹੇ ਆ, ਉੱਥੇ ਕਿਰਤ ਕਰਦੇ ਆ ਅਤੇ ਆਪਣੀ ਜ਼ਿੰਦਗੀ ਨਿਭਾ ਰਹੇ ਆ, ਪਰ ਲੋਕ ਉੱਥੇ ਤਾਂ ਜਾ ਰਹੇ ਆ ਕਿ ਸਾਡੀ ਧਰਤੀ 'ਤੇ ਬਗਾਨਿਆਂ ਦਾ ਕਬਜ਼ਾ, ਸਾਡੀ ਧਰਤੀ ਹਿੰਦੁਸਤਾਨ ਦੀ ਬਸਤੀ ਹੈ। ਉਸ ਬਸਤੀਵਾਦ ਦੇ ਪ੍ਰਭਾਵ ਸਦਕਾ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ। ਸੋ ਜੇ ਇਹਨਾਂ ਸਾਰੀਆਂ ਗੱਲਾਂ ਤੋਂ ਬੰਦਾ ਅੱਖਾਂ ਮੀਟੂਗਾ, ਉਹ ਬੰਦਾ ਗੁਰੂ ਸਾਹਮਣੇ ਮਹਾਰਾਜ ਸਾਹਮਣੇ ਸੱਚਾ ਕਿਵੇਂ ਰਹਿ ਸਕਦਾ? ਜੇ ਮਹਾਰਾਜ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਜੇ ਉਹ ਘੱਟ ਘੱਟ 'ਚ ਵੱਸਦਾ, ਜੇ ਹਰ ਹਿਰਦੇ 'ਚ ਵੱਸਦਾ, ਅਤੇ ਜਿਹੜੀਆਂ ਸਾਡੇ ਹਿਰਦੇ ਦੀਆਂ ਕਮਜ਼ੋਰੀਆਂ, ਸਾਡੀਆਂ ਬੇਈਮਾਨੀਆਂ, ਸਾਡਾ ਆਪਣਾ ਆਪ ਬਚਾਉਣ ਦੇ ਮਨਸੂਬੇ ਹੈ, ਉਹ ਮਹਾਰਾਜ ਨੂੰ ਨਜ਼ਰ ਨਹੀਂ ਆਉਂਦੇ? ਜ਼ਿੰਦਗੀ 'ਚ ਜਿਹੜਾ ਬੰਦਾ ਅਣਖ ਨਾਲ ਜ਼ੁਲਮ ਦੇ ਸਾਹਮਣੇ ਹਿੱਕ ਤਾਣ ਕੇ ਖੜ੍ਹਾ ਨਹੀਂ ਹੋ ਸਕਦਾ, ਉਹ ਨਾਮ ਕਿਵੇਂ ਜਪੂਗਾ? ਜਿਹੜੇ ਬੰਦੇ ਨੂੰ ਦੁਨਿਆਵੀ ਦਬਾਅ ਦਬਾਉਂਦੇ ਆ, ਉਹ ਇੱਕ ਅਕਾਲ ਪੁਰਖ ਦੀ ਸੱਤਾ ਨੂੰ ਕਿਵੇਂ ਮੰਨੂਗਾ? ਜਿਹੜਾ ਸਿੱਖ ਕਹਿੰਦਾ ਗੁਰੂ ਸੱਚਾ ਪਾਤਸ਼ਾਹ, ਉਹਦਾ ਅਰਥ ਕੀ ਹੈ? ਉਹਦਾ ਅਰਥ ਗੁਰੂ ਨਾਨਕ ਸਾਹਿਬ ਨੇ ਦੱਸਿਆ ਨਾ, ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਜਿਹੜੇ ਭੂਪਤ ਹੈ, ਜਿਹੜੇ ਧਰਤੀ ਦੇ ਮਾਲਕ ਹੈ, ਇਹ ਚਾਰ ਦਿਨਾਂ ਲਈ ਹੈ, ਝੂਠੇ ਕੰਮਾਂ 'ਚ ਉਲਝੇ ਹੋਏ ਆ। ਸੋ ਅਸੀਂ ਦੁਨਿਆਵੀ ਸੱਤਾ ਨੂੰ ਮਾਨਤਾ ਨਹੀਂ ਦਿੰਦੇ, ਅਸੀਂ ਧਾਰਮਿਕ ਸਥਾਨ 'ਤੇ ਨਹੀਂ ਬੈਠੇ, ਅਸੀਂ ਗੁਰੂ ਦੇ ਦਰਬਾਰ 'ਚ ਬੈਠੇ ਹਾਂ। ਦਰਬਾਰ ਦੀ ਸਿਆਸੀ ਕੋਨੋਟੇਸ਼ਨ ਅੱਖੋਂ ਪਰੋਖੇ ਕਰਨ ਵਾਲੀ ਨਹੀਂ, ਅਸੀਂ ਗੁਰੂ ਦੇ ਦਰਬਾਰ 'ਚ ਹਾਜ਼ਰੀ ਭਰ ਰਹੇ ਹਾਂ, ਮੱਥਾ ਟੇਕ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਸਾਡੇ ਕਾਰਜ ਸ਼ੁਰੂ ਹੁੰਦੇ ਆ। ਸੋ ਜਿਹੜੀ ਸਿੱਖੀ ਦੀ ਧਾਰਮਿਕਤਾ ਹੈ, ਉਹ ਧਾਰਮਿਕਤਾ ਦੇ ਵਿੱਚ ਹੀ ਸਿਆਸਤ ਹੈ, ਉਹ ਧਾਰਮਿਕਤਾ ਦੇ ਵਿੱਚ ਹੀ ਰੂਹਾਨੀਅਤ ਹੈ, ਉਹ ਸਾਰਾ ਕੁਛ ਇੱਕ ਹੈ।
ਉਹੀ ਰੂਹਾਨੀਅਤ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੈ ਉਸੇ ਦਾ ਪ੍ਰਗਟਾਵਾ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ 'ਚ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਸਾਹਿਬ ਕਹਿ ਰਹੇ ਜੇ ਪ੍ਰੇਮ ਦੇ ਮਾਰਗ 'ਤੇ ਤੁਰਨਾ ਤਾਂ ਤੁਹਾਨੂੰ ਸਿਰ ਤਲੀ 'ਤੇ ਧਰਨਾ ਪੈਣਾ, ਕਿਉਂਕਿ ਜੇ ਤੁਸੀਂ ਰੱਬ ਨਾਲ ਪ੍ਰੇਮ ਦੇ ਮਾਰਗ 'ਤੇ ਤੁਰਨਾ, ਰੱਬ ਕਿੱਥੇ ਆ ਸ੍ਰਿਸ਼ਟੀ ਦੇ ਵਿੱਚ। ਜੇ ਅਕਾਲ ਪੁਰਖ ਨਾਲ ਪ੍ਰੇਮ ਹੈ ਤਾਂ ਉਹਦੀ ਸ੍ਰਿਸ਼ਟੀ ਨਾਲ ਵੀ ਪ੍ਰੇਮ ਹੈ। ਜੇ ਸ੍ਰਿਸ਼ਟੀ 'ਚ ਅਕਾਲ ਪੁਰਖ ਵੱਸਦਾ ਫਿਰ ਜਿਹੜੀਆਂ ਆਮ ਲੋਕਾਂ ਨਾਲ ਹੁੰਦੀਆਂ ਬੇਇਨਸਾਫੀਆਂ ਅਤੇ ਜ਼ੁਲਮ ਹੈ ਉਹਨਾਂ ਦੇ ਖਿਲਾਫ ਬੋਲਣਾ, ਜੇ ਨਹੀਂ ਬੋਲਦੇ ਤਾਂ ਪ੍ਰੇਮ ਦਾ ਸੱਚਾ ਪ੍ਰਗਟਾਵਾ ਕਿਵੇਂ ਹੋਇਆ? ਉਸੇ ਦਾ ਪ੍ਰਗਟਾਵਾ, ਉਸੇ ਦੀ ਮੈਨੀਫੈਸਟੇਸ਼ਨ ਛੇਵੇਂ ਪਾਤਸ਼ਾਹ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੀ ਹੈ। ਉਸੇ ਅਕਾਲ ਤਖਤ ਸਾਹਿਬ 'ਤੇ ਸੰਤ ਜਰਨੈਲ ਸਿੰਘ ਜੀ ਨੇ ਹਥਿਆਰਬੰਦ ਹੋ ਕੇ ਸਿੱਖਾਂ ਨੂੰ ਇਕੱਠੇ ਕੀਤਾ। ਹਿੰਦੁਸਤਾਨੀ ਕਹਿ ਰਹੇ ਆ ਧਾਰਮਿਕ ਸਥਾਨ 'ਤੇ ਹਥਿਆਰ ਕਿਉਂ ਇਕੱਠੇ ਕੀਤੇ? ਸਿੱਖਾਂ ਦੀ ਧਾਰਮਿਕਤਾ ਹਥਿਆਰਾਂ ਨੂੰ ਨਫ਼ਰਤ ਨਹੀਂ ਕਰਦੀ। ਸਿੱਖਾਂ ਦਾ ਧਰਮ ਸਥਾਨ ਹਥਿਆਰ ਨਾਲ ਅਪਵਿੱਤਰ ਨਹੀਂ ਹੁੰਦਾ। ਸਿੱਖ ਜਿਹੜੇ ਆ ਉਹ ਅਜੋਕੀ ਕਰਪਟ ਸਿਆਸਤ ਦੇ ਖਿਲਾਫ਼ ਹੋ ਸਕਦੇ ਆ, ਪਰ ਜ਼ਿੰਦਗੀ ਦਾ ਸਿਆਸੀ ਪਹਿਲੂ ਸਿੱਖਾਂ ਲਈ ਧਾਰਮਿਕਤਾ ਤੋਂ ਵੱਖਰਾ ਨਹੀਂ। ਕਹਿਣ ਨੂੰ ਇਹ ਸਿਧਾਂਤ ਹੈ, ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਸਿਧਾਂਤ ਦਾ ਸਿਧਾਂਤ ਦੇ ਤੌਰ 'ਤੇ ਪ੍ਰਚਾਰ ਨਹੀਂ ਕੀਤਾ। ਸੰਤ ਜਰਨੈਲ ਸਿੰਘ ਜੀ ਨੇ ਇਹ ਸਿਧਾਂਤ ਨੂੰ ਆਪਣੇ ਅਮਲ ਦੇ ਵਿੱਚ ਢਾਲਿਆ, ਆਪਣਾ ਜੀਵਨ ਬਣਾਇਆ ਅਤੇ ਆਪਣੇ ਜੀਵਨ ਦੇ ਵਿੱਚੋਂ ਉੱਭਰ ਕੇ ਬਾਹਰ ਆਉਣ ਦਿੱਤਾ। ਉਹਦੀ ਸੱਚਾਈ, ਉਹਦੀ ਔਥੈਂਟਿਸਿਟੀ ਆਪਣੀ ਗਵਾਹੀ ਆਪ ਸੀ। ਕੌਮ ਨੇ ਜਿਹੜੀ ਸੱਚ ਦੀ ਜੋਤ ਹੈ ਉਹ ਸੰਤਾਂ ਦੇ ਵਿੱਚ ਬਲਦੀ ਵੇਖੀ। ਕੌਮ ਜਿਹੜੀ ਹੈ ਉਹ ਉਮਲ ਕੇ ਸੰਤਾਂ ਦੇ ਮਗਰ ਤੁਰੀ। ਸੰਤਾਂ ਨੇ ਇਤਿਹਾਸ ਸਿਰਜਿਆ। ਮੈਂ ਪਹਿਲਾਂ ਕਹਿ ਚੁੱਕਾ ਵਿਦਵਤਾ, ਪੱਤਰਕਾਰੀ ਇਹ ਸਾਰੇ ਅਦਾਰੇ ਖੜ੍ਹੇ ਕਰਨੇ ਕੌਮ ਲਈ ਜ਼ਰੂਰੀ ਹੈ, ਪਰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਰੂਹਾਨੀ ਤੌਰ 'ਤੇ ਜਾਗਿਆ ਹੋਇਆ ਇੱਕ ਸਿੱਖ ਜਿਹੜੀ ਜੋਤ ਕੌਮ ਦੇ ਅੰਦਰ ਜਗਾ ਸਕਦਾ ਉਹ ਦੁਨੀਆ ਦੇ ਅਦਾਰੇ ਨਹੀਂ ਕਰ ਸਕਦੇ। ਅਦਾਰੇ ਬਣਾਉਣੇ ਚਾਹੀਦੇ ਆ, ਪਰ ਜਿਹੜੀ ਇਹ ਮਹਾਂਪੁਰਖਾਂ ਦੀ ਜਿਹੜੀ ਛੋਹ ਹੈ ਉਹ ਅੰਦਰੋਂ ਬੰਦੇ ਨੂੰ ਕਿਵੇਂ ਨਵਿਆ ਦਿੰਦੀ ਹੈ, ਉਹ ਅੰਦਰੋਂ ਬੰਦੇ ਦੇ ਅੰਦਰ ਕਿਸ ਪੱਧਰ ਦੀ ਮਜ਼ਬੂਤੀ ਪੈਦਾ ਕਰਦੀ ਹੈ, ਉਹ ਅਹਿਸਾਸ ਕਰਕੇ ਸੰਤਾਂ ਦੀ ਅਹਿਮੀਅਤ ਸਾਨੂੰ ਸਮਝਣੀ ਚਾਹੀਦੀ ਹੈ, ਨਾ ਸਿਰਫ 20ਵੀਂ ਸਦੀ 'ਚ, ਆਉਣ ਵਾਲੇ ਸਮੇਂ 'ਚ ਵੀ, ਆਉਣ ਵਾਲੇ ਸੰਘਰਸ਼ਾਂ 'ਚ ਵੀ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਾਡੇ ਪ੍ਰੇਰਨਾ ਸਰੋਤ ਬਣੇ ਰਹਿਣਗੇ ਅਤੇ ਉਹਨਾਂ ਦੇ ਆਦਰਸ਼ ਤੋਂ, ਉਹਨਾਂ ਦੇ ਜੀਵਨ ਤੋਂ ਕੌਮ ਸੇਧ ਲੈਂਦੀ ਰਹੂਗੀ ਜਦੋਂ ਤੱਕ ਇਹ ਗੁਲਾਮੀ ਦਾ ਜੂਲਾ ਸਾਡੇ ਕੋਲੋਂ ਨਹੀਂ ਰਹਿੰਦਾ, ਜਦੋਂ ਤੱਕ ਅਸੀਂ ਆਪਣੀ ਧਰਤੀ ਦੇ ਖੁਦ ਮਾਲਕ ਨਹੀਂ ਬਣਦੇ, ਜਦੋਂ ਤੱਕ ਅਸੀਂ ਆਪਣੀ ਕਿਸਮਤ ਦਾ ਆਪ ਫੈਸਲਾ ਕਰਨ ਦੀ ਸਥਿਤੀ 'ਚ ਨਹੀਂ ਆਉਂਦੇ, ਜਦੋਂ ਤੱਕ ਸਾਡਾ ਆਜ਼ਾਦ ਪ੍ਰਭੂ ਸੱਤਾ ਸੰਪੰਨ ਮੁਲਕ ਖਾਲਿਸਤਾਨ ਕਾਇਮ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਲੜਾਈ ਜਾਰੀ ਰਹੂਗੀ। ਇੰਨੀਆਂ ਬੇਨਤੀਆਂ ਕਰਦਾ ਖਿਮਾਰਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨੂੰ ਪੁੜ ਦਿੱਤੀ ਆ ਯਾਰ ਦੀ ਰਾਤ ਮੰਗੇ ਸਰਿਆ ਇੱਕ ਤੋਂ ਦੋ ਕਰ ਦੂੰ ਜਾਂ ਗੁਰੂ ਖਾਲਸੇ ਦੇ ਗਾੜੀ।